ख्वाजा साहब ही हो ये ट्रिब्यून आज लिखे हो सिया बोले हाँ जी हाय हाय ख्वाजा गुलाम फरीद फरमांदे ने एक बार लंघिया तू साडी जाने ओ दारिया एक बारी लंघिया तू साडी जाने ए आशिक रसूल मुस्तफा नु दिखाई कोई नहीं दिल पिया तड़पैंदा जा सोने नु ਡਰਦਾ ਹੈ ਕਿਦਾ ਮਾਂ ਨਾ ਮਾਰੇ ਮਾਸੀ ਤੇ ਨਾਮੇ ਖੇਸ਼ ਕਬੀਲਾ ਡਰਦਾ ਹੈ ਮਾਂ ਨੂੰ ਨਹੀਂ ਦਿਸੈਂਦਾ ਮਾਂ ਹੀ ਰੋਟੀ ਖਾ ਖਾਂਦੇ ਕੋਈ ਨਹੀਂ ਹੁਣ ਤਵੱਜਾ ਕਰਨੀ ਹੋ ਬੰਦੇ ਤੁਹਾਡੇ ਤੈਨੂੰ ਨਹੀਂ ਆਖਣਗੇ ਟਾਈਮ ਜ਼ਿਆਦਾ ਹੋ ਗਿਆ ਇਨਸ਼ਾਅੱਲਾ ਸੁਭਾਨ ਅੱਲਾਹ ਘਬਰਾਓ ਨਹੀਂ ਆਪਾਂ ਨੇੜੇ ਮੁਕੈਂਦੇ ਪਏ ਆ ਇਹ ਉਹ ਤਾਂ ਗੱਲ ਨਹੀਂ ਹੁਣ ਜਿਵੇਂ ਉਹ ਆਦੇ ਬਈ ਮੈਕ ਤੁਲਾਣਾ ਮੌਲੀ ਨਹੀਂ ਇੰਜ ਉਖੋਗੇ ਜਿਵੇਂ ਮਾਜੇ ਨੂੰ ਕੱਟਾ ਧਰੋਣਾ ਉਠੋ ਆਪਾਂ ਕਿਉਂ ਅੱਲਾ ਮਾਫ ਕਰੇ ਉਹ ਕੰਮ ਕਰੀ ਇਹ ਰਸੂਲ ਦਾ ਜ਼ਿਕਰ ਹੈ ਜੇ ਖੁਸ਼ ਹੋ ਕੇ ਸੁਣੇ ਤੇ ਬਿਸਮਿਲਲਾ ਨਹੀਂ ਦਾਦਾ ਬਸ ਤੇ ਰੋ ਬਾਦ ਰੋਈਏ ਤੜੀ ਮੁਹੱਬਤ ਹੁੰਦੀ ਹੈ ਸਰਕਾਰ ਦੇ ਗੁਲਾਮਾਂ ਦੀ ਹੁਣ ਤਵੱਜਾ ਕਰੇ ਜੇ ਉਹ ਬੇਲੀ ਜਦੋਂ ਜਨਾ ਮਾਂ ਰੋਟੀ ਲੈ ਕੇ ਕਰ ਸ਼ਬ ਰੋਟੀ ਨਹੀਂ ਖਾਂਦਾ ਤੇ ਮਾਂ ਪੁੱਛਦੀ ਪੁੱਤਰ ਤੈਨੂੰ ਕੋਈ ਮਸਲਾ ਹੈ ਤਬੀਬ ਕੋ ਲੈਵਾਂ ਕੋ ਹਕੀਮ ਦੱਸ ਮੈਨੂੰ ਤੇਨੂੰ ਪਰੇਸ਼ਾਨੀ ਕੋਈ ਮਾਂ ਨੂੰ ਡਰਦਾ ਦੱਸਦਾ ਨਹੀਂ ਮੈਂ ਮਾਂ ਨੂੰ ਦੱਸੇ ਸਾਂ ਮਾਂ ਮਰੇ ਸੀ ਮੈਨੂੰ ਇੱਕ ਦਿਨ ਜਾਂਦਾ ਹੈ ਮਦੀਨੇ ਮੱਕੇ ਪਾਕ ਦੀ ਮੈਂ ਘਾਟੀ 'ਚ ਬੈਠਾ ਤੇ ਬੇਲੀ ਉਹਨਾਂ ਦਾ ਯਾਰ ਹੈ ਬੱਕਰੀਆਂ ਤਾਂ ਠੱਲੋ ਮੈਂ ਜ਼ਰਾ ਅੱਜ ਮੱਕੇ 'ਚੋਂ ਪਾਣੀ ਤਾਂ ਪੀਤੀ ਆਵਾਂ ਇਹ ਬੇਲੀ ਹੁਣ ਪਾਣੀ ਤਾਂ ਕੀ ਪੀਣਾ ਹਾਂ ਪਿਆਸ ਤਾਂ ਕਈ ਹੋਰ ਹੀ ਨਾ ਅਸਰ ਇਹ ਬੇਲੀ ਤੁਰਿਆ ਮੱਕੇ ਵੱਲ ਸਰਕਾਰ ਦੀਆਂ ਯਾਦਾਂ ਸਤਾਉਂਦੀਆਂ ਜਾਂਦੀਆਂ ਨੇ ਤੁਰਿਆ ਜਾਂਦਾ ਹੈ ਮੇਰੇ ਮੁਸਤਫਾ ਕਰੀਮ ਇਵੇਂ ਜਲਵਾ ਕਰਨੇ ਸਹਾਬਾ ਕਰਾਮ ਦੇ ਵਿੱਚ ਮੇਰੇ ਆਕਾ ਅਲੈਹਿ ਸਲਾਤੁ ਵਸਲਾਮ ਹੁਸੈਨ ਦੇ ਨਾਨਾ ਮੇਰੇ ਆਕਾ ਵਿੱਚ ਗੁਫ਼ਤਗੂ ਫਰਮਾ ਰਹੇ ਨੇ ਕਾਰੀ ਅਜਮਲ ਕਾਦਰੀ ਸਾਹਿਬ ਅੱਲਾਹ ਤਾਨੂੰ ਖੁਸ਼ ਰੱਖੇ ਇਹ ਜਨਾ ਮੇਰੇ ਆਕਾ ਅਲੈਹਿ ਸਲਾਤੁ ਵਸਲਾਮ ਦੀ ਬਾਰਗਾਹ 'ਚ ਜਦੋਂ ਪਹੁੰਚਿਆ ਹੈ ਮੇਰੇ ਮੁਸਤਫਾ ਨੇ ਡਿੱਠਾ ਹੈ ਇਵੇਂ ਜਨਾਬ ਜੁੱਤੀਆਂ ਚਾ ਕੇ ਮਾਣ ਲੱਗਾ ਮੇਰੇ ਜ਼ਹਰਾ ਪਾਕ ਦੇ ਨਾਨਾ ਬਾਬਾ ਜਾਨ ਨੇ ਫਰਮਾਇਆ ਬੋਲਾ ਉੱਥੇ ਆ ਜਾ ਜਿੱਥੇ ਹੁਸੈਨ ਕਰੀਮੈਨ ਹਸਨੈਨ ਕਰੀਮੈਨ ਬੈਂਦੇ ਸਨ ਖੁਦਾ ਦੀ ਕਸਮੇ ਇਹ ਗੁਲਾਮ ਜਦੋਂ ਆਇਆ ਮੁਸਤਫਾ ਦੀ ਬਾਰਗਾਹ 'ਚ ਮੇਰੇ ਆਕਾ ਨੇ ਇਵੇਂ ਸੀਨੇ ਨਾਲ ਲਾ ਲਿਆ ਸੀਨੇ ਨਾਲ ਲਾਇਆ ਉਸ ਸੀਨੇ ਨਾਲ ਲਾਇਆ ਜਿਸ ਸੀਨੇ ਦੀਆਂ ਰੱਬ ਕੁਰਾਨ 'ਚ ਕਸਮਾਂ ਉਠਾਉਂਦਾ ਹੈ ਉਸ ਸੀਨੇ ਤੇ ਬਿਠਾਇਆ ਜੀ ਮੁੱਕ ਗਈ ਗੱਲ ਉਸ ਸੀਨੇ ਤੇ ਬਿਠਾਇਆ ਜਿਸ ਸੀਨੇ ਤੇ ਹਸਨ ਤੇ ਹੁਸੈਨ ਖੇਡਦੇ ਨੇ ਪ੍ਰੋਗਰਾਮੀ ਕਦਰ ਇਹ ਜ਼ਿਕਰ ਨਹੀਂ ਖਤਮ ਹੋਣ ਵਾਲਾ ਕਿਉਂਕਿ ਟਾਈਮ ਨਹੀਂ ਹੈ ਮੈਂ ਪਹਿਲੇ ਅਰਜ਼ ਕੀਤੀ ਹੈ ਵਾਪਸ ਟੁਰ ਜਾਂਦਾ ਹੈ ਮਾਂ ਪੁੱਛਿਆ ਵੀ ਕਿੱਥੇ ਰਹਿੰਦਾ ਬੱਕਰੀਆਂ ਭੁੱਖੀਆਂ ਦੁੱਧ ਵੀ ਨਹੀਂ ਦਿੰਦੀਆਂ ਤੈਨੂੰ ਹੈ ਕੀ ਮਾਂ ਨੂੰ ਕੂੜ ਚ ਮਰੇ ਦਾ ਅਦੇ ਮਾਂ ਜਗ੍ਹਾ ਹੀ ਕੋਈ ਨਹੀਂ ਲੱਭਦੀ ਕਾ ਨਹੀਂ ਮੈਂ ਕਿਤੇ ਚਰਾਵਾਂ ਅੰਦਾਜ਼ ਮੇਰਾ ਆਪਣਾ ਮੈਂ ਕਿਤਾਬ ਮੇਰਾ ਮੋਬਾਈਲ ਦੇ ਵਿੱਚ ਮੈਂ ਵਿਖਾ ਸਕਦਾ ਆਪਣੇ ਜਦੋਂ ਜਨਾਬ ਇਹ ਫਿਰ ਰੋਜ਼ਾਨਾ ਹੀ ਇਵੇਂ ਕਰਦਾ ਰੋਜ਼ਾਨਾ ਹੀ ਇਵੇਂ ਕਰਦਾ ਫਿਰ ਇੱਕ ਦਿਨ ਫਿਰ ਹੁਣ ਜਦੋਂ ਸਰਕਾਰ ਨੂੰ ਤੱਕ ਲਿਆ ਫਿਰ ਬੱਕਰੀਆਂ ਭੁੱਲ ਗਈ ਆਖਰਕਾਰ ਮਾਂ ਗਾਲਾਂ ਕੱਢੀਆਂ ਸੀ ਤੈਨੂੰ ਖੈਰ ਹੈ ਜਾਂਦਾ ਕਿਹੜੇ ਪਾਸੇ ਚਾਰ ਪੰਜ ਦਿਨ ਲੇਟਿਆ ਨਾ ਤੇ ਮਾਂ ਦੀ ਗਾਲਾਂ ਯਾਦ ਇੱਦਾਂ ਸਰਕਾਰ ਦਾ ਇਸ਼ਕ ਸਤਾਈਂਦਾ ਆਖਰੀ ਜੁਮਲੇ ਸੁਣ ਲਓ ਅੱਲਾਹ ਤੁਹਾਡੀ ਮੇਰੀ ਹਾਜ਼ਰੀ ਕਬੂਲ ਫਰਮਾਵੇ ਤੇ ਅੱਲਾਹ ਦਾ ਵਲੀ ਬੋਲਿਆ ਸ਼ੇਰ ਮੁਹੰਮਦ ਆਪ ਵੀ ਫਰਮਾਉਂਦੇ ਨੇ ਅਲੀ ਫਿਆ ਮੀਆਂ ਢੋਲਾ ਸਤਿਆ ਤੇਰੀ ਰਾਪੇ ਤੱਕਦੇ ਕਦੀ ਹਾਨੇ ਉਹ ਢੋਲਾ ਅਰਬੀ ਮਾਇਆ ਕਦੇ ਹਾਲੇ ਉਹ ਢੋਲਾ ਸਾਡੇ ਕੋਲ ਟਿਕਾਣੇ ਢੋਲਾ ਜੁਦਾ ਜਾ ਕੇ ਤੋਏ ਤੈਨੂੰ ਕੋਲ ਨਾ ਭਾਣੇ ਜਰਾ ਵੀ ਕਦੇ ਟਾਈਮ ਨਹੀਂ ਅੱਲਾ ਮੇਰੀ ਤੁਹਾਡੀ ਹਾਜ਼ਰੀ ਕਬੂਲ ਫਰਮਾ ਟਾਈਮ ਨਹੀਂ ਕਿਉਂਕਿ ਹੋਰ ਬੜੇ ਜੁਮਲੇ ਆਉਂਦੇ ਨੇ ਅੱਲਾ ਤੁਹਾਡੀ ਮੇਰੀ ਹਾਜ਼ਰੀ ਕਬੂਲ ਫਰਮਾ أعوذ بالله من الشيطان الرجيم بسم الله